अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए। हेलो फ्रेंड्स, आप जी का साढ़े यूट्यूब चैनल में बहुत बहुत स्वागत है। आज की वीडियो के असं डिस्कस करांगे कि जो पंजाबी एडिशनल दे एग्जाम फिल हो रहे ने फॉर जनवरी, ਇਹਦਾ ਤੁਸੀਂ ਔਨਲਾਈਨ ਜਿਹੜਾ ਫੋਰਮ ਫਿਲ ਕੀਤਾ ਹੈ, ਜਿਹਦੀ ਆਪਾਂ ਆਲਰੇਡੀ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ ਕਿ ਕਿਵੇਂ ਤੁਸੀਂ ਔਨਲਾਈਨ ਫੋਰਮ ਫਿਲ ਕਰਨਾ ਹੈ। ਇਹਦੇ ਤੁਸੀਂ ਜਿਹੜੀ ਡਾਕੂਮੈਂਟਸ ਹੈ ਇਹ ਖੁਦ ਕੈਂਡੀਡੇਟ ਨੇ ਹਾਰਡ ਕਾਪੀ ਜਮ੍ਹਾਂ ਕਰਾਉਣੀ ਹੈ ਜਾਂ ਉਹਨਾਂ ਦਾ ਕੋਈ ਕੁਲੀਗ ਵੀ ਕਰਾ ਸਕਦਾ ਹੈ ਜਾਂ ਬਾਈ ਪੋਸਟ ਉਹਨਾਂ ਨੇ ਇਹ ਕਾਪੀ ਜਮ੍ਹਾਂ ਕਰਾਉਣੀ ਹੈ ਅਤੇ ਕਾਪੀ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਅਟੈਚ ਕਰਕੇ ਉਹਨਾਂ ਨੂੰ ਦੇਣੇ ਹੈ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਫਸਟ ਟਾਈਮ ਸਾਡੇ ਯੂਟਿਊਬ ਚੈਨਲ 'ਤੇ ਵਿਜ਼ਿਟ ਕੀਤਾ, ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਡੈਟ ਇਨ ਫਿਊਚਰ ਜਿਹੜੀਆਂ ਵੀ ਇੱਦਾਂ ਦੀਆਂ ਲੇਟੈਸਟ ਅਪਡੇਟਸ ਆਉਣਗੀਆਂ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਟਾਈਮਲੀ ਮਿਲਦਾ ਰਹੇ। ਤਾਂ ਚਲੋ ਦੇਖਦੇ ਹਾਂ, ਆਫਟਰ ਫਿਲਿੰਗ ਦਾ ਫੋਰਮ ਆ ਲਿੰਕ ਬਣਿਆ ਹੋਇਆ, ਤੁਸੀਂ ਆਫਿਸ਼ੀਅਲ ਵੈਬਸਾਈਟ 'ਤੇ ਜਾਣਾ ਹੈ। ਔਨਲਾਈਨ ਫੋਰਮਸ ਦੇ ਅੰਡਰ ਤੁਹਾਨੂੰ ਇੱਥੇ ਐਡੀਸ਼ਨਲ ਪੰਜਾਬੀ ਜਨਵਰੀ ਦਾ ਲਿੰਕ ਮਿਲ ਜਾਊਗਾ, ਇਹਦਾ ਤੁਸੀਂ ਫੋਰਮ ਫਿਲ ਕਰ ਲੈਣਾ ਹੈ। ਮੈਂ ਬਾਬਾ ਪੂਰਾ ਪ੍ਰੋਸੈਸ ਦੱਸਿਆ ਹੋਇਆ ਹੈ ਕਿ ਤੁਸੀਂ ਕਿਵੇਂ ਫੋਰਮ ਫਿਲ ਕਰਨਾ ਹੈ, ਹਾਰਡ ਕਾਪੀ ਕਿੱਦਾਂ ਰਿਸੀਵ ਕਰਨੀ ਹੈ। ਇਹ ਫੋਰਮ ਫਿਲ ਕਰਨ ਤੋਂ ਬਾਅਦ ਤੁਹਾਡਾ ਫੀਸ ਅਪਡੇਟ ਹੋਣ ਤੋਂ ਬਾਅਦ ਇੱਕ ਐਪਲੀਕੇਸ਼ਨ ਫੋਰਮ ਜਨਰੇਟ ਹੁੰਦਾ ਹੈ, ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਹੈ, ਫਿਲ ਕਰ ਲੈਣਾ ਹੈ, ਫੋਟੋ ਵਗੈਰਾ ਅਟੈਚ ਕਰ ਲੈਣੀ ਹੈ ਅਤੇ ਫੀਸ ਦਾ ਪਰੂਫ ਵੀ ਨਾਲ ਅਟੈਚ ਕਰ ਲੈਣਾ ਹੈ। ਅਗਰ ਫੀਸ ਦਾ ਪਰੂਫ ਤੁਹਾਡੇ ਕੋਲ ਨਹੀਂ ਹੈ ਕੋਈ ਇਸ਼ੂ ਨਹੀਂ ਹੈ, ਜਿਹੜਾ ਤੁਸੀਂ ਐਪਲੀਕੇਸ਼ਨ ਫੋਰਮ ਡਾਊਨਲੋਡ ਕਰਨਾ ਹੈ ਉਹਦੇ ਲਾਸਟ ਵਿੱਚ ਫੀਸ ਦਾ ਪਰੂਫ ਹੁੰਦਾ ਹੈ, ਜਿਹਦੇ ਵਿੱਚ ਤੁਹਾਡੀ ਟ੍ਰਾਂਜੈਕਸ਼ਨ ਆਈਡੀ ਪਲੱਸ ਫਰਦਰ ਡਿਟੇਲਸ ਹੁੰਦੀ ਹੈ ਜਿਹੜੀ ਤੁਸੀਂ ਪੇਮੈਂਟ ਕੀਤੀ ਹੁੰਦੀ ਹੈ। ਫਸਟ ਚੀਜ਼ ਤੁਸੀਂ ਇਹ ਲੈ ਕੇ ਰੱਖਣੀ ਹੈ। ਦੂਸਰਾ ਡਾਕੂਮੈਂਟ ਤੁਸੀਂ 10th ਦੇ DMC ਦੀ ਫੋਟੋਕਾਪੀ, ਜਿਹੜੇ ਵੀ ਤੁਹਾਡਾ ਬੋਰਡ ਹੈ, ਜਿਹੜੀ ਵੀ ਯੂਨੀਵਰਸਿਟੀ ਤੋਂ ਤੁਸੀਂ ਕੀਤਾ ਹੋਇਆ, ਸੋਰੀ ਬੋਰਡ ਤੋਂ ਕੀਤਾ ਹੋਇਆ। ਥਰਡ, ਆਧਾਰ ਕਾਰਡ ਦੀ ਫੋਟੋਕਾਪੀ ਅਤੇ ਫੋਰਥ ਡਾਕੂਮੈਂਟ 2 ਫੋਟੋਆਂ। ਇਹ ਤੁਸੀਂ ਐਪਲੀਕੇਸ਼ਨ ਫੋਰਮ, 10th ਦੇ DMC ਦੀ ਫੋਟੋਕਾਪੀ ਅਤੇ ਆਧਾਰ ਕਾਰਡ, ਇਹ ਤਿੰਨੇ ਕਿਸੇ ਵੀ ਸਕੂਲ ਤੋਂ ਟੈਸਟਡ ਕਰਵਾ ਲੈਣੇ ਹੈ। ਸਰਕਾਰੀ ਵੀ ਸਕੂਲ ਚੱਲੂਗਾ, ਪ੍ਰਾਈਵੇਟ ਵੀ ਚੱਲੂਗਾ ਅਤੇ ਇਹ ਕਿਸੇ ਵੀ ਸਟੇਟ ਦਾ ਸਕੂਲ ਹੋ ਸਕਦਾ, ਜ਼ਰੂਰੀ ਨਹੀਂ ਪੰਜਾਬ ਦਾ ਹੀ ਹੋਏ। ਹੁਣ ਮੇਨ ਗੱਲ ਹੁੰਦੀ ਹੈ, ਸਾਰਾ ਤੁਸੀਂ ਕੰਮ ਕਰ ਲਿਆ, ਇਹ ਤੁਸੀਂ ਡਾਕੂਮੈਂਟਸ ਕਿੱਥੇ ਸੈਂਡ ਕਰਨੇ ਹੈ। ਇਹਦਾ ਪ੍ਰੋਪਰ ਐਡਰੈਸ ਤੁਸੀਂ ਸਾਨੂੰ ਵਟਸਐਪ 'ਤੇ ਵੀ ਲੈ ਸਕਦੇ ਹੋ, ਅਦਰਵਾਈਜ਼ ਤੁਸੀਂ ਇਹ ਐਡਰੈਸ 'ਤੇ ਵੀ ਕਰ ਸਕਦੇ ਹੋ, ਆਹ ਐਡਰੈਸ ਦਿੱਤਾ ਹੋਇਆ ਆਫਿਸ਼ੀਅਲ ਵੈਬਸਾਈਟ 'ਤੇ, ਦਿਸ ਐਡਰੈਸ, ਇੱਥੇ ਵੀ ਕਰ ਸਕਦੇ ਹੋ। ਲੇਕਿਨ ਇਸ ਐਡਰੈਸ 'ਤੇ ਵੀ ਡਿਫਰੈਂਟ ਫੇਜ਼ਿਸ ਹੁੰਦੇ ਨੇ, ਮਤਲਬ ਅੱਗੇ ਡਿਪਾਰਟਮੈਂਟਸ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰਨੇ, ਤਾਂ ਉਹਦਾ ਤੁਸੀਂ ਪ੍ਰੋਪਰ ਐਡਰੈਸ ਸਾਡੇ ਕੋਲ ਵਟਸਐਪ 'ਤੇ ਲੈ ਸਕਦੇ ਹੋ। ਸਾਰੀ ਸਾਡੀ ਕੰਟੈਕਟ ਡਿਟੇਲਸ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗੀ ਅਤੇ ਸਾਡਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ। ਅਗਰ ਤੁਹਾਨੂੰ ਸਟੱਡੀ ਨੋਟਸ ਚਾਹੀਦੇ ਨੇ ਜਿਹਦੇ ਥਰੂ ਤੁਸੀਂ ਆਪਣਾ ਐਗਜ਼ਾਮ ਕੁਆਲੀਫਾਈ ਕਰ ਸਕਦੇ ਹੋ, ਉਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਸੋ ਉਸਦੇ ਲਈ ਤੁਸੀਂ ਸਾਡੇ ਨਾਲ ਵਟਸਐਪ 'ਤੇ ਕੰਟੈਕਟ ਕਰ ਸਕਦੇ ਹੋ, ਜਿਵੇਂ ਕਿ ਤੁਹਾਨੂੰ ਦੱਸਿਆ ਮੈਂ, ਸਾਰੀ ਸਾਡੀ ਕੰਟੈਕਟ ਡਿਟੇਲਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗੀ। ਤਾਂ ਬਾਕੀ ਹੋਰ ਕੋਈ ਵੀ ਕੁਰੀ ਜਾਂ ਕੁਐਸਚਨ ਹੁੰਦਾ ਹੈ ਰਿਗਾਰਡਿੰਗ ਹਾਰਡ ਕਾਪੀ ਜਾਂ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਸੈਂਡ ਕਰਨੇ ਨੇ ਜਾਂ ਅਦਰ ਕੋਈ ਡਾਊਟ, ਉਹ ਵੀ ਤੁਸੀਂ ਸਾਡੇ ਕੋਲ ਕਮੈਂਟ ਸੈਕਸ਼ਨ ਵਿੱਚ ਜਾਂ ਵਟਸਐਪ 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਸੋ ਫਰੈਂਡਸ, ਵੀਡੀਓ ਯੂਸਫੁਲ ਲੱਗੀ ਹੋਈ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫੋਰ ਫਿਊਚਰ ਅਪਡੇਟਸ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ।